ਕਹਿੰਦੇ ਕਿ ਅਸੀਂ ਦੋ ਪਾਰਟੀਆਂ ਨੂੰ ਨਹੀਂ ਆਉਣ ਦੇਣਾ ਖੁਦ ਉਹਨਾਂ ਨੇ ਕਿਹਾ ਜਿਹੜੇ ਮੂਹਰੇ ਨੇ ਬਿਲਕੁਲ ਮੈਂ ਤੁਹਾਨੂੰ ਰੂਬਰੂ ਵੀ ਕਰਾਉਂਗੀ ਕਹਿੰਦੇ ਦੋ ਪਾਰਟੀਆਂ ਨੂੰ ਨਹੀਂ ਆਉਣ ਦੇਣਾ ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਮੈਂ ਕਿਹਾ ਝਾੜੂ ਐਮਪੀ ਦੀ ਤਾਂ ਝਾੜੂ ਦਾ ਕਹਿੰਦੇ ਝਾੜੂ ਦੀ ਸਰਕਾਰ ਨਹੀਂ ਸੀ ਝਾੜੂ ਦੀ ਸਰਕਾਰ ਨਹੀਂ ਸੀ ਪਰ ਝਾੜੂ ਦਾ ਐਮਪੀ 8 ਸਾਲ ਇੱਥੇ ਰਿਹਾ ਇਹ ਸ਼ੜਯੰਤਰ ਜਿਹੜੇ ਸਾਡੇ ਵਿਰੁੱਧ ਰਚੇ ਜਾ ਰਹੇ ਨੇ ਮੈਂ ਤਾਂ ਇਹਨਾਂ ਨੂੰ ਇੱਕ ਗੱਲ ਕਹੀ ਹੈ ਕਿ ਅਸੀਂ ਕੋਈ ਵੀ ਪਾਰਟੀ ਇੱਥੇ ਵੋਟਾਂ ਮੰਗਣ ਹੀ ਨਹੀਂ ਆਉਂਦੇ ਭਗਵੰਤ ਮਾਨ ਨੇ ਤਾਂ ਆਉਣਾ ਹੀ ਨਹੀਂ ਨਾ ਉਹ ਆਇਆ ਨਾ ਉਹ ਆਵੇ ਜੇ ਅਸੀਂ ਕੰਮ ਕੀਤੇ ਨੇ ਆਪਣੇ ਹਲਕੇ 'ਚ ਫਿਰਦੇ ਆ ਸਾਨੂੰ ਆ ਸਵਾਗਤ ਮਿਲ ਰਿਹਾ ਕੰਮਾਂ ਦਾ 2 ਕਰੋੜ ਰੁਪਈਆ ਬਾਲੀਆਂ ਪਿੰਡ 'ਚ ਦੇ ਕੇ ਆ ਸਵਾਗਤ ਹੋ ਰਿਹਾ ਸਾਡਾ ਕੀ ਇਹ ਸਹੀ ਹੈ ਇੰਨਾ ਬੋਲਣਾ ਸਹੀ ਹੈ ਦੇਖੋ ਭਗਵੰਤ ਮਾਨ ਜਦ ਦਾ ਟਿਕਟ ਅਨਾਊਂਸ ਹੋਇਆ ਨਾ ਉਹਨੇ ਆਉਣਾ ਦੇਖੋ ਕਿਸ ਤਰ੍ਹਾਂ ਦੇ ਰਚੇ ਜਾ ਰਹੇ ਨੇ ਆਹ ਤਰੀਕਾ ਹੁੱਲੜਬਾਜ਼ੀ ਕਰਨਾ ਆਹ ਕਿਸਾਨ ਨੇ